हाँ जी, अस्सलाम वालेकुम सबनों। ਤੁਸੀਂ ਦੇਖ ਰਹੇ ਹੋ ਪੰਜਾਬੀ ਲੋ ਜੀ। ਮੈਂ ਵੀਡੀਓ ਲੈ ਕੇ ਤੁਹਾਡੇ ਲਈ ਜਿਹੜੀ ਮੈਂ ਤੁਹਾਨੂੰ ਸ਼ੇਅਰ ਕਰਾਂਗਾ ਦਿਕਰੇਸ ਤੋਂ ਅਗਸਤ ਦੇ ਵਿੱਚ ਜਿਹੜੀ ਖਾਸ ਚੀਜ਼ਾਂ ਆਈਆਂ ਨੇ ਉਹ ਮੈਂ ਤੁਹਾਨੂੰ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗਾ। ਬਾਕੀ ਮਜ਼ੀਦ ਮੈਂ ਡਿਟੇਲ ਦੇ ਨਾਲ ਵੀਡੀਓ ਜਿਹੜੀ ਚੀਜ਼ ਤੁਸੀਂ ਕਹੋਗੇ ਮੈਂ ਵੀਡੀਓ ਤੱਕ ਤੁਹਾਨੂੰ ਬਣਾ ਕੇ ਸ਼ੇਅਰ ਕਰਦਾ ਰਹਾਂਗਾ। ਅੱਜ ਅਸੀਂ ਗੱਲ ਕਰਾਂਗੇ ਖਾਸ ਤੌਰ ਤੇ ਰਹਿਤ ਦੀ ਐਮਰਜੈਂਸੀ ਦੇ ਬਾਰੇ। ਰਹਿਤ ਦੀ ਐਮਰਜੈਂਸੀ ਦਾ ਵੀ ਪ੍ਰੋਟੋਕਾਲ ਹੋਇਆ, ਇਹਦੇ ਬਾਰੇ ਡਿਟੇਲ ਨਾਲ ਕੋਸ਼ਿਸ਼ ਕਰਾਂਗੇ 2 ਮਿੰਟ ਗੱਲ ਕਰਨ ਦੀ। ਅਤੇ ਉਹਦੇ ਤੋਂ ਇਲਾਵਾ ਮੈਂ ਚੀਜ਼ਾਂ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਕਿ ਤੁਹਾਨੂੰ ਜਿਹੜਾ ਕਾਜ਼ ਇੰਟੀਗ੍ਰੇਸ਼ਨ ਹੈ ਜਿਹੜਾ ਇਹ 18 ਮਹੀਨੇ 18 ਹਫ਼ਤੇ ਹੋਰ ਵਧਾ ਦਿੱਤਾ ਗਿਆ। ਇਹਦੇ ਤੋਂ ਇਲਾਵਾ ਲਿਚਨਜ਼ੇਮੈਨ ਤੋਂ ਜਿਹੜੀ ਹੈ ਸਿੰਧਾਕਾ ਤੇ ਚਾਹੁੰਦੇ ਸੀ ਕਿ ਲਿਚਨਜ਼ੇਮੈਨ ਤੋਂ ਜਿਹੜੀ ਫੀਨੇ ਆਲਾ ਨੂੰ ਯਾਨੀ ਕਿ ਸਾਲ ਦੇ ਐਂਡ ਤੱਕ ਹੋਣੀ ਚਾਹੀਦੀ ਹੈ, ਲੇਕਿਨ 15 ਨਵੰਬਰ ਤੱਕ ਇਹਨੂੰ ਬਲੋਕ ਕਰ ਦਿੱਤਾ ਗਿਆ। ਯਾਨੀ ਕਿ ਬੰਦਿਆਂ ਨੂੰ ਕੰਮ ਤੋਂ ਖਾਰਜ ਕਰਨ ਦਾ ਸਿਸਟਮ ਜਿਹੜਾ ਇਹ 15 ਨਵੰਬਰ ਤੱਕ ਨਹੀਂ ਕੀਤਾ ਜਾ ਸਕਦਾ ਕੋਵਿਡ-19 ਦੇ ਕਰਕੇ। ਦਿਕਰ ਅਗਸਤ ਦੇ ਵਿੱਚ ਇਹਦੇ ਤੋਂ ਇਲਾਵਾ ਜਿਹੜੀਆਂ ਖਾਸ ਖਾਸ ਚੀਜ਼ਾਂ ਨੇ ਕਿ ਪੈਨਸ਼ਨ ਜਿਹੜੀ ਡਬਲ ਹੋ ਗਈ ਉਹ ਤੁਹਾਨੂੰ ਮਿਲਣੀ ਸ਼ੁਰੂ ਹੋ ਜਾਏਗੀ। ਔਰ ਇਹਦੇ ਤੋਂ ਇਲਾਵਾ ਕੁਝ ਇਸ ਤਰ੍ਹਾਂ ਦੇ ਦਮੰਦ ਵੀ ਨਹੀਂ ਜਿਹੜੇ ਗਏ, ਇਹ ਇਹਨਾਂ ਨੇ ਪਿੱਛੇ ਕਿਹਾ ਸੀ ਕਿ ਸ਼ਾਇਦ ਹੋਣਗੇ ਲੇਕਿਨ ਨਹੀਂ ਮਿਲੇਗੇ ਮਿਲਣਗੇ ਇਹ ਵੀ। ਅਤੇ ਇਹਦੇ ਤੋਂ ਇਲਾਵਾ ਦਿਕਰ ਤੋਂ ਅਗਸਤ ਦੇ ਵਿੱਚ ਨਾਸਪੀ ਜਿਹੜੇ ਦਿਕਰ ਤੋਂ ਅਗਸਤ ਦੇ ਵਿੱਚ ਜਿਹੜੇ ਨਾਸਪੀ ਦੇ ਪੈਸੇ ਜਿਸ ਕੋ ਬਸ਼ੀ ਉਹਨਾਂ ਦੇ ਪੈਸੇ 2 ਮਹੀਨੇ ਇਹਨੂੰ ਪ੍ਰੋਰੋਗਾ ਦਿੱਤਾ ਗਿਆ। ਇਹਨੂੰ ਪ੍ਰੋਰੋਗਾ ਦੇਣ ਦੇ ਨਾਲ ਨਾਲ ਇਹਨਾਂ ਸਟਰੂਮੈਨ ਤੋਂ ਜਿਵੇਂ ਕਿ ਅਸੀਂ ਦੇਖ ਰਹੇ ਹਾਂ ਲਾਈਨ ਇਹਨਾਂ ਸਟਰੂਮੈਨ ਤੋਂ ਸਿਮੀਲੇ ਗਰਾ ਰਹੇ ਪਰ ਇਲ ਕੋਲੋਬੇਰਾ ਤੋਰੀ ਕੋਰਦੀਨਾਤੀ ਕੰਟੀਨਿਊ ਵੀ ਜੇ ਉਹਨਾਂ ਕੋਕੋ ਕਹਿੰਦੇ ਨੇ ਇਹ ਪ੍ਰਵੀਸ ਅਤੇ ਉਹਨਾਂ ਉਹਦੇ ਨੀਤਾ ਮਿਲ ਲਿਆ ਔਰ ਇਹਨਾਂ ਨੂੰ 1000 ਯੂਰੋ ਦਿੱਤਾ ਜਾਏਗਾ। ਇਹਦੇ ਤੋਂ ਇਲਾਵਾ ਵੀ ਦਿੱਤੇ ਜਾਣਗੇ ਲੈਬੋਰਟਰੀ ਸਟੇਜ ਨਾਲ ਟੂਰਿਜ਼ਮ ਨੂੰ ਜਿਹੜੇ ਲੈਬੋਰਟਰੀ ਸਟੇਜ ਨਾਲ ਜਿਹੜੇ ਸੀਜ਼ਨਲ ਵਰਕਰ ਨੇ ਟੂਰਿਜ਼ਮ ਦੇ ਸੈਕਟਰ ਦੇ ਵਿੱਚ ਉਹਨਾਂ ਨੂੰ 1000 ਯੂਰੋ ਦਿੱਤਾ ਜਾਏਗਾ। ਉਹਦੇ ਲਈ ਸਟੈਬਿਲੀਮੈਂਟ ਤੇਰ ਮਾਲੀ ਉਹ ਸਪੈਕਟਾਕੂਲੋ ਜਿਹੜੇ ਕਿ ਇੰਟਰਟੇਨਮੈਂਟ ਦੇ ਸੈਕਟਰ ਵਿੱਚ ਕੰਮ ਕਰਦੇ ਉਹਨਾਂ ਨੂੰ 600 ਯੂਰੋ ਦਿੱਤਾ ਜਾਏਗਾ। ਦੈਨਿਕ ਯਾਦ ਦਰ ਕ੍ਰੇਜ਼ੀ ਜਿਨ੍ਹਾਂ ਨੂੰ ਕ੍ਰੇਜ਼ੀ ਦੀ ਵਜ੍ਹਾ ਨਾਲ ਨੁਕਸਾਨ ਹੋਇਆ ਹੋਵੇ ਉਹਨਾਂ ਦੀ ਨਹੀਂ ਤਾਂ ਸੱਚਿਆਂ ਦੁਆਰਾ 600 ਯੂਰੋ ਮਿਲੇਗਾ। ਲੈਬੋਰਟਰੀ ਮਿਰਟੀਮੀ ਲੈਬੋਰਟਰੀ ਸਟਜੋਨਾਲੀ ਜਿਹੜੇ ਸੀਜ਼ਨਲ ਵਰਕਰ ਨੇ ਉਹਦੇ ਸਤੋਰ ਸਪੋਰਟੀਵੋ ਸਪੋਰਟਿਵ ਜਿਹੜੇ ਸੈਕਟਰ ਦੇ ਵਿੱਚ ਸਪੋਰਟਸ ਦੇ ਸੈਕਟਰ ਦੇ ਵਿੱਚ ਇਹਨਾਂ ਨੂੰ ਔਰ 600 ਯੂਰੋ ਪਲੱਸ ਦਿੱਤਾ ਜਾਏਗਾ। ਅਤੇ ਗੱਲ ਕਰੀ ਜਾਣ ਤਾਂ ਸੋਨਾ ਹੀ ਨਾਲ ਤੋਂ ਇਹਦੇ ਤੋਂ ਇਲਾਵਾ ਹੈ ਨੇ 37 ਸਟੈਬਿਲੀ ਅਤੇ ਸਟੈਬਲ ਕੀਤੇ ਗਏ ਨੇ ਕੁਆਤਰ ਚੈਨ ਤੋਂ ਐਵਰੋ 400 ਯੂਰੋ ਰੈਦੀ ਤੋਂ ਦੀ ਐਮਰਜੈਂਸਾ ਦੇ ਪਰ ਫੈਮਿਲੀਏ ਇਨ ਮਯੋਰ ਡਿਫੀਕਲਟ ਆ ਜਿਹੜੇ ਫੈਮਿਲੀਜ਼ ਜ਼ਿਆਦਾ ਡਿਫੀਕਲਟੀ ਵਿੱਚ ਨੇ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਜਿਹੜੇ ਕਰ ਰਹੇ ਨੇ ਉਹਨਾਂ ਦੇ ਲਈ 400 ਯੂਰੋ ਪਲੱਸ ਰੱਖਿਆ ਗਿਆ ਹੈ ਇੱਕ ਹੋਰ ਮਹੀਨੇ ਦਾ। ਯਾਨੀ ਕਿ ਪਿੱਛੇ 2 ਮਹੀਨੇ ਜਿਹੜੇ ਲੈ ਚੁੱਕੇ ਤੁਸੀਂ ਉਹਦੇ ਇਲਾਵਾ ਇੱਕ ਹੋਰ ਮਹੀਨੇ ਦਾ, ਲੇਕਿਨ ਲਾਜ਼ਮੀ ਹੋਵੇਗਾ ਤੁਸੀਂ ਦੁਬਾਰਾ ਇਹਦਾ ਦਮਾਂਦਾ ਕਰੋ। ਦੁਬਾਰਾ ਦਮਾਂਦਾ ਕਰਨਾ ਹੈ ਦੁਬਾਰਾ ਰਿਕੁਆਇਰਮੈਂਟ ਤਕਰੀਬਨ ਉਹੀ ਹੋਣੇ ਸਾਰੀ, ਲੇਕਿਨ ਕੁਛ ਬੰਦਿਆਂ ਦੇ ਹਾਲਾਤ 2 ਮਹੀਨੇ ਵਿੱਚ ਬਦਲ ਗਏ ਨੇ ਨਾ, ਕਿਉਂਕਿ ਸਭਾਂ ਦੇ ਹਾਲਾਤ ਸੇਮ ਨਹੀਂ ਰਹੇ ਹੈ ਵੀ। ਕੁਛ ਬੰਦਿਆਂ ਨੇ ਕੰਮ ਹੈ ਗਏ ਨੇ ਐਕਟਿਵ, ਜਿਹੜੇ ਬੰਦੇ ਨੇ ਕੰਮ ਐਕਟਿਵ ਹੋ ਗਏ ਨੇ ਉਹਨਾਂ ਨੂੰ ਦੁਬਾਰਾ ਰੀਵੀਜ਼ਨ ਕੀਤਾ ਜਾਏਗਾ। ਜਿਹੜੇ ਬੰਦੇ ਕੰਮ ਵਗੈਰਾ ਲੱਗੇ ਨੇ ਜਿਨ੍ਹਾਂ ਦੇ ਹਾਲਾਤ ਅੱਛੇ ਹੋ ਗਏ ਨੇ ਉਹਨਾਂ ਨੂੰ ਇਹ ਡਰੈਦ ਦੀ ਐਮਰਜੈਂਸੀ ਇਸ ਵਾਰੀ ਨਹੀਂ ਦਿੱਤਾ ਜਾਏਗਾ, ਲੇਕਿਨ ਉਹਨਾਂ ਨੂੰ ਦਿੱਤਾ ਜਾਏਗਾ ਜਿਹੜੇ ਅੱਕ ਰੱਖਦੇ ਨੇ ਉਹਨਾਂ ਨੂੰ ਮਿਲੇਗਾ 400 ਯੂਰੋ। ਅਤੇ ਇਹਦੇ ਲਈ ਲਾਜ਼ਮੀ ਹੋਵੇਗਾ ਦਵਾਂਦਾ ਦੁਬਾਰਾ ਕਰਨਾ ਪਵੇਗਾ। ਅਗਲੇ ਪ੍ਰੋਸੈਸ ਹੋਣਾ ਦਵਾਂਦਾ ਕਰਨ ਦਾ, ਜੇ ਕੋਈ ਊਚ ਨੀਚ ਹੋਵੇਗੀ ਜੇ ਕੋਈ ਨਵੀਂ ਅਪਡੇਟ ਹੋਵੇਗੀ ਤਾਂ ਮੈਂ ਤੁਹਾਨੂੰ ਜ਼ਰੂਰ ਸ਼ੇਅਰ ਕਰਾਂਗਾ। ਫਿਲਹਾਲ ਇਤਨਾ ਹੀ ਸੀ ਅਤੇ ਤੁਸੀਂ ਮੈਨੂੰ ਦੱਸਣਾ ਕਿ ਕਿਹੜੇ ਦਵਾਂਦੇ ਦੇ ਬਾਰੇ ਤੁਸੀਂ ਪਹਿਲੇ ਜਾਣਨਾ ਚਾਹੁੰਦੇ ਹੋ। ਔਰ ਐਂਡ 'ਤੇ ਤੁਹਾਨੂੰ ਮੈਂ ਦੱਸਦਾ ਕਿ ਜਿਹੜੇ ਬੰਦੇ ਪੈਨਸ਼ਨ ਨੇ 18 ਸਾਲ ਤੋਂ ਉੱਤੇ ਔਰ ਜਿਹੜੇ ਜਿਹੜੇ ਪੈਨਸ਼ਨ ਲੈਂਦੇ ਸੀ ਇਨਵੈਲਿਡਿਟੀ ਦੀ